ਦੋਸਤੋ ਅੱਜ ਆਪਾਂ ਇੱਕ ਵਿਸ਼ੇਸ਼ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਕਿ ਉਹ ਕੌਣ ਲੋਕ ਨੇ ਜਿਹੜੇ ਤੁਹਾਨੂੰ ਜੋਤਿਸ਼ ਦੇ ਨਾਂ ਤੇ ਲੁੱਟਦੇ ਆ, ਤੁਹਾਨੂੰ ਬੇਵਕੂਫ ਬਣਾਉਂਦੇ ਆ, ਤੁਹਾਡੀ ਮਿਹਨਤ ਦੀ ਕਮਾਈ ਠੱਕਣ ਦੀ ਕੋਸ਼ਿਸ਼ ਕਰਦੇ ਆ। ਬਹੁਤ ਹੀ ਧਿਆਨ ਦੇ ਨਾਲ ਸਾਰਾ ਐਪੀਸੋਡ ਇਹ ਤੁਸੀਂ ਸੁਣਿਓ, ਉਦੋਂ ਬਾਅਦ ਸ਼ੇਅਰ ਵੀ ਕਰਿਓ ਤੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅੱਜ ਸਵੇਰੇ ਸਵੇਰੇ ਇੱਕ ਲੇਡੀ ਦਾ ਫੋਨ ਆਇਆ ਜਿਨ੍ਹਾਂ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੇ ਇੱਕ ਬੰਦੇ ਨੂੰ ਔਨਲਾਈਨ ਸਰਚ ਕੀਤਾ ਕਿ ਉਹ ਕੋਈ ਜੋਤਸ਼ੀ ਹੈ, ਅਤੇ ਉਹਦਾ ਸਿਰਫ ਫੋਨ ਨੰਬਰ ਸੀਗਾ, ਐਡਰੈਸ ਨਹੀਂ ਸੀਗਾ, ਉਹਦੀ ਕੋਈ ਫੋਟੋ ਨਹੀਂ ਸੀ, ਕੋਈ ਵੀਡੀਓ ਨਹੀਂ ਸੀ। ਉਹਨਾਂ ਨੇ ਆਪਣੀ ਕੋਈ ਬੇਟੀ ਦੀ ਪ੍ਰੋਬਲਮ ਸੀਗੀ ਸ਼ਾਦੀ ਦੀ, ਉਹਦੇ ਬਾਰੇ ਪੁੱਛਿਆ ਅਤੇ ਉਹਨਾਂ ਨੇ ਜਿਹੜਾ ਹੈ 1500 ਰੁਪਇਆ ਉਸ ਸੋ ਕਾਲਡ ਜੋਤਸ਼ੀ ਨੇ ਮੰਗਾ ਲਿਆ ਸਿਰਫ ਗੱਲ ਕਰਨ ਦਾ। ਉਦੋਂ ਬਾਅਦ 2500 ਰੁਪਇਆ ਉਪਾਏ ਕਰਨ ਦਾ ਵੀ ਮੰਗਾ ਲਿਆ, ਕੋਈ ਸਮਾਨ ਨਹੀਂ ਦਿੱਤਾ, ਕੋਈ ਨਗਦ ਨਹੀਂ ਦਿੱਤਾ। ਉਦੋਂ ਬਾਅਦ 5000 ਰੁਪਇਆ ਫਿਰ ਮੰਗਾ ਲਿਆ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਟਾਲ ਮਟੋਲ ਕਰਨਾ ਸ਼ੁਰੂ ਕਰਤਾ। ਜਦ ਉਹਨਾਂ ਦਾ ਜਿਸ ਜਗ੍ਹਾ ਉਹ ਚਾਹੁੰਦੇ ਸੀ ਉੱਥੇ ਸ਼ਾਦੀ ਦਾ ਕੰਮ ਨਹੀਂ ਬਣਿਆ, ਅਤੇ ਜਦੋਂ ਉਹਨਾਂ ਨੇ ਕਾਫੀ ਜ਼ੋਰ ਪਾਇਆ ਤਾਂ ਉਹ ਜਿਹੜਾ ਬੰਦਾ ਸੀਗਾ ਉਹ ਬੰਦਾ ਉਹਨਾਂ ਤੋਂ ਉਹਨਾਂ ਦਾ ਜਿਹੜਾ ਜਿੱਥੇ ਰਿਸ਼ਤਾ ਕਰਨਾ ਚਾਹੁੰਦੇ ਸੀਗੇ ਮੁੰਡੇ ਵਾਲਿਆਂ ਦਾ ਸਾਰਾ ਐਡਰੈਸ, ਸਾਰਾ ਕੁਛ ਡਿਟੇਲਸ, ਫੋਨ ਨੰਬਰ ਵਗੈਰਾ ਲੈ ਚੁੱਕਿਆ ਸੀਗਾ, ਅਤੇ ਉਹਨੇ ਉਹਨਾਂ ਨੂੰ ਧਮਕਾਉਣਾ ਸ਼ੁਰੂ ਕੀਤਾ ਵੀ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇਹ ਜਾਦੂ ਟੂਣੇ ਕਰਦੇ ਫਿਰਦੇ ਆ, ਤਾਂ ਤੁਸੀਂ ਆਪ ਦੇਖ ਲਓ ਕਿ ਕੀ ਇੱਦਾਂ ਦਾ ਬੰਦਾ ਇੱਕ ਜੋਤਸ਼ੀ ਹੋ ਸਕਦਾ, ਇੱਦਾਂ ਦਾ ਬੰਦਾ ਸਿਰਫ ਇੱਕ ਬਲੈਕਮੇਲਰ ਹੀ ਹੋ ਸਕਦਾ ਹੈ। ਹੁਣ ਇੱਥੇ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਜਿੱਥੇ ਲੋਕ ਹੀ ਗਲਤ ਬੰਦਿਆਂ ਦੀ ਚੂਜ਼ ਉਹਨਾਂ ਨੂੰ ਕਰ ਲੈਂਦੇ ਹਨ। ਇੱਦਾਂ ਦੀ ਹੀ ਇੱਕ ਐਗਜ਼ਾਮਪਲ ਕੁਛ ਸਾਲ ਪਹਿਲਾਂ ਅਸੀਂ ਤੁਹਾਨੂੰ ਦਿੱਤੀ ਸੀਗੀ ਕਿ ਇੰਗਲੈਂਡ ਤੋਂ ਇੱਕ ਲੜਕੀ, ਉਹਨੇ ਵਿਚਾਰੀ ਨੇ ਆਪਣੀ ਕਾਰ ਵੀ ਵੇਚ ਦਿੱਤੀ ਸੀਗੀ, 8.5 ਲੱਖ ਉਹਨੇ ਔਨਲਾਈਨ ਇੱਕ ਜੋਤਸ਼ੀ ਲੱਭ ਕੇ ਉਹਨੂੰ ਉਹਨੇ ਟੋਟਲ ਪੇ ਕੀਤਾ, ਅਤੇ ਪੇ ਕਰਨ ਤੋਂ ਬਾਅਦ ਉਹ ਕਿਤੇ ਉਹਦਾ ਅਫੇਅਰ ਬ੍ਰੇਕ ਹੋ ਗਿਆ ਸੀਗਾ, ਵਿਚਾਰੀ ਉੱਥੇ ਹੀ ਸ਼ਾਦੀ ਕਰਨਾ ਚਾਹੁੰਦੀ ਸੀਗੀ, ਅਤੇ ਉਹ ਬੰਦੇ ਨੇ ਉਹਦਾ ਇੰਨਾ ਪੈਸਾ ਹਜ਼ਮ ਕਰ ਲਿਆ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਜਦੋਂ ਲੜਕੀ ਨੇ ਵਾਰ ਵਾਰ ਪੁੱਛਿਆ ਤਾਂ ਉਹਨੂੰ ਇਹੀ ਕਿਹਾ ਵੀ ਹੁਣ ਤੇਰਾ ਕੰਮ ਨਹੀਂ ਹੋ ਸਕਦਾ, ਅਤੇ ਤੈਨੂੰ ਜੇ ਵਾਰ ਵਾਰ ਤੰਗ ਕਰੇਗੀ ਤਾਂ ਕੋਈ ਨਾ ਕੋਈ ਪ੍ਰੇਤ ਤੇਰੇ ਮਗਰ ਲਾ ਦਾਂਗੇ। ਉਹ ਵਿਚਾਰੀ ਨੇ ਆਖਿਰ ਫਿਰ ਵੀ ਕੋਸ਼ਿਸ਼ ਨਹੀਂ ਛੱਡੀ, ਪਰ ਇੱਕ ਦਿਨ ਉਸ ਜੋਤਸ਼ੀ ਨੇ, ਸੋ ਕਾਲਡ ਜੋਤਸ਼ੀ ਨੋਟ ਜੋਤਸ਼ੀ, ਫਰਾਡ ਹੋਈ ਉਸੇ, ਉਹਨੇ ਆਪਣਾ ਫੋਨ ਦਾ ਨੰਬਰ ਹੀ ਤੋੜ ਕੇ ਨੰਬਰ ਹੀ ਚੇਂਜ ਕਰ ਦਿੱਤਾ। ਸੋ ਪਿਆਰੇ ਦੋਸਤੋ, ਤੁਹਾਨੂੰ ਸਾਰਿਆਂ ਨੂੰ ਅੱਜ ਇਹੀ ਰਿਕੁਐਸਟ ਕਰਨ ਦੇ ਲਈ ਮੈਂ ਅੱਜ ਦਾ ਇਹ ਐਪੀਸੋਡ ਜਿਹੜਾ ਤੁਹਾਡੇ ਲਈ ਲਿਆਂਦਾ ਕਿ ਇੱਦਾਂ ਦੇ ਜਿਹੜੇ ਠੱਗ ਨੇ, ਇੱਦਾਂ ਦੇ ਜਿਹੜੇ ਜਾਲਸਾਜ਼ ਨੇ, ਪਲੀਜ਼ ਉਹਨਾਂ ਤੋਂ ਖਬਰਦਾਰ ਰਹੋ, ਕਿਉਂਕਿ ਇਹ ਲੋਕ ਜੋਤਿਸ਼ ਨੂੰ ਬਦਨਾਮ ਕਰ ਰਹੇ ਨੇ, ਲੋਕਾਂ ਨੂੰ ਲੁੱਟ ਰਹੇ ਨੇ, ਜਦਕਿ ਇਹਨਾਂ ਦਾ ਜੋਤਿਸ਼ ਦੇ ਨਾਲ ਕੋਈ ਵੀ ਤਾਲੁਕਾਤ ਨਹੀਂ ਹੈ। ਇੱਕ ਚੀਜ਼ ਤੁਹਾਨੂੰ ਕਲੀਅਰ ਕਰਦੀ ਹੈ ਕਿ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਤੁਸੀਂ ਐਡਵਰਟਾਈਜ਼ਮੈਂਟਸ ਵੀ ਦੇਖਦੇ ਹੋ ਕਿ ਜਿਹਦੇ ਵਿੱਚ ਉੱਤੇ ਲਿਖਿਆ ਹੁੰਦਾ ਕਿ ਜੋਤਿਸ਼, ਅਤੇ ਉਦੋਂ ਬਾਅਦ ਨੀਚੇ ਲਿਖਿਆ ਹੁੰਦਾ ਵਸ਼ੀਕਰਨ ਕਰਾ ਲਓ, ਦੁਸ਼ਮਣ ਨੂੰ ਤੜਪਦਾ ਦੇਖ ਲਓ, ਮਨ ਚਾਹੀ ਮੁਰਾਦਾਂ ਪੂਰੀਆਂ ਕਰੋ, 5 ਮਿੰਟ ਦੇ ਵਿੱਚ ਸਮਾਧਾਨ। ਸੋ ਇਹ ਜਿੰਨਾ ਕੁਝ ਦਿੱਤਾ ਹੁੰਦਾ, ਉੱਤੇ ਟਾਈਟਲ ਜੋਤਿਸ਼, ਥੱਲੇ ਤੰਤਰ ਵਾਲੀਆਂ ਗੱਲਾਂ, ਟੋਟਲੀ ਫਰੋਡ, ਬੇਸਲੈਸ। ਪਲੀਜ਼ ਇੱਦਾਂ ਦੇ ਲੋਕਾਂ ਦੇ ਝਾਂਸਿਆਂ ਦੇ ਵਿੱਚ ਨਾ ਆਵੋ। ਜਿਸ ਬੰਦੇ ਦੀ ਤੁਸੀਂ ਫੋਟੋ ਨਹੀਂ ਦੇਖੀ, ਜਿਹਦਾ ਐਡਰੈਸ ਨਹੀਂ ਦੇਖਿਆ, ਜਿਹਦੀ ਵੀਡੀਓ ਨਹੀਂ ਦੇਖੀ, ਜਿਹਨੂੰ ਤੁਸੀਂ ਪਹਿਚਾਣਦੇ ਹੋ, ਜਿਹੜਾ ਤੁਹਾਨੂੰ ਆਪਣੀ ਆਈਡੈਂਟੀਫਿਕੇਸ਼ਨ ਦੇ ਰਿਹਾ, ਜਿੱਦਾਂ ਅਸੀਂ TV ਪ੍ਰੋਗਰਾਮ ਦੇ ਰਹੇ ਹਾਂ, ਉੱਦਾਂ ਦਾ ਬੰਦਾ ਕਦੀ ਨਹੀਂ ਭੱਜੇਗਾ, ਤੁਹਾਡੇ ਨਾਲ ਜਾਲਸਾਜ਼ੀ ਜਾਂ ਚੋਰੀ ਚੱਕਾਰੀ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰੇਗਾ, ਧਿਆਨ ਰੱਖਿਓ। ਇੰਟਰਨੈੱਟ ਵਾਲੀਆਂ ਬਹੁਤ ਸਾਰੀਆਂ ਕੰਪਨੀਆਂ ਇੱਦਾਂ ਦੇ ਇੱਕ ਇੱਕ ਬੰਦੇ ਦੇ 5-5 ਅਕਾਊਂਟਸ ਬਣਾ ਦਿੰਦੀਆਂ, ਅਤੇ ਅਲੱਗ ਅਲੱਗ ਨਾਮ ਤੋਂ, ਤਾਂ ਕਿ ਕਿਸੇ ਇੱਕ ਨਾਮ ਤੋਂ ਤਾਂ ਕੋਈ ਚਾਂਸੇ 'ਚ ਫਸੇਗਾ। ਇਹ ਸਾਨੂੰ ਕਿੱਦਾਂ ਪਤਾ ਲੱਗਿਆ, ਕਿਉਂਕਿ ਸਾਡੇ ਕੋਲ ਵੀ ਬਹੁਤ ਸਾਰੀਆਂ ਇੰਟਰਨੈੱਟ ਕੰਪਨੀਜ਼ ਆਉਂਦੀਆਂ ਜਿਹੜੀਆਂ ਜਾਲੀ ਨਾਵਾਂ ਤੋਂ ਸਾਨੂੰ ਵੀ ਔਫਰ ਦਿੰਦੀਆਂ ਕਿ ਤੁਸੀਂ ਅਕਾਊਂਟ ਬਣਾਓ, ਅਤੇ ਲਿਸਟਿੰਗ ਜਦੋਂ ਕਰਦੀਆਂ ਉਹ ਕਿ ਬੈਸਟ ਐਸਟ੍ਰੋਲੋਜਰ ਦੀ ਲਿਸਟਿੰਗ, ਅਤੇ ਉਹਦੇ ਵਿੱਚ ਜਿੰਨੇ ਨਾਮ ਦੱਸਦੇ ਉਹ ਸਾਰੇ ਤੰਤਰਿਕਾਂ ਦੇ ਨਾਮ ਹੁੰਦੇ ਆ, ਅਤੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਇੱਥੋਂ ਡਾਂਟ ਕੇ ਭਜਾਇਆ ਕਿ ਅਸੀਂ ਇਹਨਾਂ ਚੋਰਾਂ ਦੀ ਮੰਡਲੀ ਦੇ ਵਿੱਚ ਆਪਣੇ ਨਾਮ ਨੂੰ ਸ਼ਾਮਿਲ ਨਹੀਂ ਕਰਨਾ ਚਾਹੁੰਦੇ। ਸੋ ਫਿਰ ਤੁਹਾਨੂੰ ਦੁਬਾਰਾ ਇਸੇ ਚੀਜ਼ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਇੱਦਾਂ ਦੇ ਲੋਕ ਜਿਹੜੇ ਆ ਉਹਨਾਂ ਦੇ ਚਾਂਸਿਆਂ 'ਚ ਨਾ ਪਾਓ, ਕਿਉਂਕਿ ਇੰਟਰਨੈੱਟ 'ਤੇ ਸਿਰਫ ਇਹਨਾਂ ਦਾ ਫੋਨ ਨੰਬਰ ਹੁੰਦਾ, ਅਤੇ ਪੈਸੇ ਇਕੱਠੇ ਹੋਣ ਤੋਂ ਬਾਅਦ ਫੋਨ ਨੰਬਰ ਵੀ ਇਹ ਤੋੜ ਕੇ ਸਿੱਟ ਦਿੰਦੇ ਆ। ਸੋ ਪਿਆਰੇ ਦੋਸਤੋ, ਇੱਦਾਂ ਦੇ ਲੋਕ ਜਿਹੜੇ ਨੇ ਜਿਹਨਾਂ ਦਾ ਸਿਰਫ ਫੋਨ ਨੰਬਰ ਇੰਟਰਨੈੱਟ 'ਤੇ ਜਾਂ ਅਖਬਾਰਾਂ ਦੀ ਐਡ ਦੇ ਵਿੱਚ, ਨਥਿੰਗ ਐਲਸ, ਦੇ ਆਰ 100% ਜਾਲੀ ਪੇਪਰ। ਅਸੀਂ ਆਪਣੀ ਸੰਸਥਾ ਏਸ਼ੀਅਨ ਐਸਟ੍ਰੋਲੋਜਰਸ ਜਿਹਦੇ ਅਸੀਂ ਚੇਅਰਮੈਨ ਵੀ ਹਾਂ, ਅਸੀਂ ਸਾਰੇ ਤੰਤਰਿਕਾਂ ਦੇ ਖਿਲਾਫ ਇੱਕ ਜਿਹੜਾ ਹੈਗਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਵੀ ਇੱਕ ਲੈਟਰ ਦਿੱਤੀ ਸੀਗੀ, ਜਿਹੜੇ ਪਹਿਲੇ ਪੁਲਿਸ ਕਮਿਸ਼ਨਰ ਹੁੰਦੇ ਸੀਗੇ,
ਕੁਝ ਦੇਰ ਪਹਿਲਾਂ ਤੇ ਅਸੀਂ ਡਿਮਾਂਡ ਕੀਤੀ ਸੀ ਕਿ ਜੇ ਕੋਈ ਵੀ ਤਾਂਤਰਿਕ ਸਾਨੂੰ ਕੋਈ ਚਮਤਕਾਰ ਦਿਖਾ ਸਕਦਾ ਤਾਂ ਅਸੀਂ 5 ਲੱਖ ਰੁਪਏ ਉਹਨਾਂ ਨੂੰ ਕੈਸ਼ ਪ੍ਰਾਈਜ਼ ਦੇਵਾਂਗੇ, ਨਹੀਂ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਕਾਰਵਾਈ ਤਾਂ ਚਲੋ ਨਹੀਂ ਹੋ ਪਾਈ, ਲੇਕਿਨ ਕੋਈ ਵੀ ਤਾਂਤਰਿਕ ਸਾਹਮਣੇ ਨਹੀਂ ਆਇਆ ਜਿਹੜਾ ਕਹੇ ਕਿ 5 ਲੱਖ ਅਸੀਂ ਲੈ ਕੇ ਚਮਤਕਾਰ ਦਿਖਾਉਣ ਨੂੰ ਤਿਆਰ ਹਾਂ। ਹੁਣ ਤੁਸੀਂ ਆਪ ਸਮਝਦਾਰ ਹੋ। ਜੋਤਿਸ਼ ਕੀ ਹੈ? ਛੋਟੇ ਛੋਟੇ ਦਾਨ ਪੁੰਨ ਪਾਠ ਪੂਜਾ ਉਪਾਏ, ਇੱਕ ਰਤਨ ਯਾਨੀ ਕਿ ਪਿਛਲੇ ਜਨਮ ਦੇ ਜਿਹੜੇ ਵੀ ਤੁਹਾਡੇ ਪਾਪ ਹੋਏ ਆ ਉਹਦੇ ਫਲ ਨੂੰ ਲਾਈਟ ਕਰਨ ਦੇ ਲਈ 25% ਤੱਕ ਘੱਟ ਜਾਂਦਾ, 95% ਤੱਕ ਹੋਪ ਬਣਦੀ ਹੈ ਤੁਹਾਡਾ ਕੰਮ ਹੋਣ ਦੀ, 5% ਨਹੀਂ ਵੀ ਹੁੰਦਾ ਜੋਤਿਸ਼ ਨੂੰ ਕਰਕੇ ਕਿਸੇ ਦੇ ਫਾਲਤੂ ਚਾਂਸੇ 'ਚ ਪਲੀਜ਼ ਨਾ ਆਇਓ। ਫਿਰ ਤੁਹਾਨੂੰ ਰਿਕੁਐਸਟ ਕਰਦੇ ਹਾਂ ਅਤੇ ਇੱਦਾਂ ਦੇ ਜਿਹੜੇ ਲੋਕ ਨੇ ਇਕੱਲੇ ਫੋਨ ਨੰਬਰ ਵਾਲੇ ਉਹ 100% ਜਾਲੀ ਹੁੰਦੇ ਆ। ਹਾਲਾਂਕਿ ਜਿੰਨੇ ਵੀ ਲੋਕ ਅੱਜ ਦੇ ਟਾਈਮ 'ਚ ਜੋਤਿਸ਼ ਕਰ ਰਹੇ ਆ ਉਹਨਾਂ 'ਚੋਂ ਸਿਰਫ 5% ਲੋਕ ਪ੍ਰੋਪਰ ਜੋਤਿਸ਼ ਕਰ ਪਾਉਂਦੇ ਆ, 95% ਜਾਂ ਤਾਂ ਵਿਚਾਰੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨਵੇਂ ਹੁੰਦੇ ਆ ਜਿਨ੍ਹਾਂ ਨੂੰ ਪ੍ਰੋਪਰ ਐਕਸਪੀਰੀਅੰਸ ਨਹੀਂ ਮਿਲ ਪਾਇਆ ਹੁੰਦਾ ਜਾਂ ਹਜੇ ਉਹਨਾਂ ਦੀ ਪ੍ਰੈਕਟਿਸ ਸਫਲ ਨਹੀਂ ਹੋਈ ਹੁੰਦੀ। ਹਾਲਾਂਕਿ ਜੋਤਿਸ਼ੀ ਹੈਗੇ ਆ, ਇਹ ਵਿੱਦਿਆ ਬਹੁਤ ਵੱਡੀ ਵਿੱਦਿਆ, ਸੋ ਪਲੀਜ਼ ਇਹਦਾ ਸਨਮਾਨ ਕਰੋ ਅਤੇ ਜਾਲੀ ਲੋਕਾਂ ਦੇ ਹੱਥ ਵਿੱਚ ਫਸ ਕੇ ਤੁਸੀਂ ਇਸ ਵਿੱਦਿਆ ਦੇ ਪ੍ਰਤੀ ਆਪਣੇ ਵਿਸ਼ਵਾਸ ਨੂੰ ਨਾ ਗਵਾਓ। ਸਕਰੀਨ 'ਤੇ ਸਾਡੇ ਨੰਬਰਸ ਹੈ, ਤੁਸੀਂ ਕੋਈ ਵੀ ਤੁਹਾਡੀ ਕੁਐਰੀ ਹੋਵੇ ਸਾਨੂੰ ਜਿਹੜਾ ਵਟਸਐਪ ਕਰਕੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਫਿਰ ਮਿਲਦੇ ਹਾਂ ਹੋਰ ਨਵੀਂ ਜਾਣਕਾਰੀ ਦੇ ਨਾਲ। ਨਮਸਕਾਰ ਜੀ।